ਜਮਾਤ ਤੀਜੀ ਵਿਸ਼ਾ ਗਣਿਤ। ਆਓ ਕਰੀਏ ਤਿੰਨ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਬਣਾਓ। ਪਹਿਲੇ ਸਵਾਲ ਵਿੱਚ ਅੰਕ 8, 4 ਅਤੇ 2 ਦਿੱਤਾ ਗਿਆ ਹੈ। ਇਹਨਾਂ ਅੰਕਾਂ ਤੋਂ ਛੋਟੀ ਸੰਖਿਆ 248 ਬਣਦੀ ਹੈ। ਅਗਲੇ ਸਵਾਲ ਵਿੱਚ ਅੰਕ 7, 2 ਅਤੇ 5 ਦਿੱਤੇ ਗਏ ਹਨ, ਜਿਨ੍ਹਾਂ ਤੋਂ ਛੋਟੀ ਸੰਖਿਆ 257 ਬਣਦੀ ਹੈ। ਅਗਲੇ ਸਵਾਲ ਵਿੱਚ ਅੰਕ 1, 0 ਅਤੇ 8 ਦਿੱਤੇ ਗਏ ਹਨ ਅਤੇ ਇਹਨਾਂ ਤੋਂ ਛੋਟੀ ਸੰਖਿਆ 108 ਬਣਦੀ ਹੈ। ਅਗਲੇ ਸਵਾਲ ਵਿੱਚ ਅੰਕ 3, 8 ਅਤੇ 1 ਦਿੱਤੇ ਗਏ ਹਨ ਅਤੇ ਇਹਨਾਂ ਤੋਂ ਛੋਟੀ ਸੰਖਿਆ 138 ਬਣਦੀ ਹੈ। ਅਗਲੇ ਸਵਾਲ ਵਿੱਚ ਦਿੱਤੇ ਗਏ ਅੰਕ 9, 6 ਅਤੇ 7 ਤੋਂ ਛੋਟੀ ਸੰਖਿਆ 679 ਬਣਦੀ ਹੈ। ਅਗਲੇ ਸਵਾਲ ਵਿੱਚ ਦਿੱਤੇ ਗਏ ਅੰਕ 7, 8 ਅਤੇ 9 ਤੋਂ ਛੋਟੀ ਸੰਖਿਆ 799 ਬਣਦੀ ਹੈ। ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਬਣਾਓ। ਪਹਿਲੇ ਸਵਾਲ ਵਿੱਚ ਦਿੱਤੇ ਗਏ ਅੰਕ 6, 0 ਅਤੇ 2 ਤੋਂ ਵੱਡੀ ਤੋਂ ਵੱਡੀ ਸੰਖਿਆ 620 ਬਣਦੀ ਹੈ। ਅਗਲੇ ਸਵਾਲ ਵਿੱਚ ਦਿੱਤੇ ਗਏ ਅੰਕ 4, 1 ਅਤੇ 3 ਤੋਂ ਵੱਡੀ ਤੋਂ ਵੱਡੀ ਸੰਖਿਆ 431 ਬਣਦੀ ਹੈ। ਅਗਲੇ ਸਵਾਲ ਵਿੱਚ ਦਿੱਤੇ ਗਏ ਅੰਕ 5, 9 ਅਤੇ 7 ਦੀ ਵਰਤੋਂ ਕਰਕੇ ਵੱਡੀ ਤੋਂ ਵੱਡੀ ਸੰਖਿਆ 975 ਬਣਦੀ ਹੈ। ਅੰਕਾਂ ਨੂੰ ਦੁਹਰਾ ਕੇ ਤਿੰਨ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਬਣਾਓ। ਪਹਿਲੇ ਸਵਾਲ ਵਿੱਚ ਅੰਕ 5 ਅਤੇ 1 ਦਿੱਤੇ ਗਏ ਹਨ। ਵੱਡੀ ਸੰਖਿਆ ਬਣਾਉਣ ਲਈ ਵੱਡੇ ਅੰਕ ਨੂੰ ਦੁਹਰਾਇਆ ਜਾਏਗਾ। ਇਸ ਤਰ੍ਹਾਂ ਸਵਾਲ ਵਿੱਚ ਦਿੱਤੇ ਅੰਕ 5 ਅਤੇ 1 ਨੂੰ
ਦੁਹਰਾ ਕੇ 3 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ 551 ਬਣਦੀ ਹੈ। ਅਗਲੇ ਸਵਾਲ ਵਿੱਚ ਅੰਕ 8 ਅਤੇ 2 ਦਿੱਤੇ ਗਏ ਹਨ। ਵੱਡਾ ਅੰਕ 8 ਹੈ, ਇਸ ਲਈ ਇਸ ਨੂੰ ਦੁਹਰਾਇਆ ਜਾਵੇਗਾ ਅਤੇ ਇਹਨਾਂ ਅੰਕਾਂ ਤੋਂ 3 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ 882 ਬਣਦੀ ਹੈ। ਅਗਲੇ ਸਵਾਲ ਵਿੱਚ ਅੰਕ 5 ਅਤੇ 8 ਦਿੱਤੇ ਗਏ ਹਨ ਅਤੇ ਅੰਕਾਂ ਨੂੰ ਦੁਹਰਾ ਕੇ 3 ਅੰਕਾਂ ਦੀ ਸਭ ਤੋਂ ਵੱਡੀ ਸੰਖਿਆ 885 ਬਣਦੀ ਹੈ। ਅੰਕਾਂ ਨੂੰ ਦੁਹਰਾ ਕੇ 3 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਬਣਾਓ। ਛੋਟੀ ਸੰਖਿਆ ਬਣਾਉਣ ਲਈ ਛੋਟੇ ਅੰਕ ਨੂੰ ਦੁਹਰਾਇਆ ਜਾਵੇਗਾ। ਪਹਿਲੇ ਸਵਾਲ ਵਿੱਚ ਦਿੱਤੇ ਅੰਕ 2 ਅਤੇ 5 ਤੋਂ 3 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ 225 ਬਣਦੀ ਹੈ। ਦੂਸਰੇ ਸਵਾਲ ਵਿੱਚ ਦਿੱਤੇ ਅੰਕ 7 ਅਤੇ 6 ਤੋਂ ਅੰਕਾਂ ਨੂੰ ਦੁਹਰਾ ਕੇ 3 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ 667 ਬਣਦੀ ਹੈ। ਤੀਜੇ ਸਵਾਲ ਵਿੱਚ ਦਿੱਤੇ ਅੰਕ 7 ਅਤੇ 2 ਨੂੰ ਦੁਹਰਾ ਕੇ 3 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ 227 ਬਣਦੀ ਹੈ। ਸਹੀ ਜਵਾਬ ਤੇ ਚੱਕਰ ਲਗਾਓ। 3 ਸੈਂਕੜੇ ਜੋੜ 2 ਇਕਾਈਆਂ, ਇਸ ਤਰ੍ਹਾਂ ਸੰਖਿਆ ਬਣਦੀ ਹੈ 302। ਚਾਰ ਸੈਂਕੜੇ ਜੋੜ 3 ਦਹਾਈ ਜੋੜ 1 ਇਕਾਈ, ਇਸ ਤੋਂ ਸੰਖਿਆ ਬਣਦੀ ਹੈ 431। ਦੋ ਸੈਂਕੜੇ ਜੋੜ 7 ਦਹਾਈਆਂ, ਇਸ ਤੋਂ ਸੰਖਿਆ ਬਣਦੀ ਹੈ 270। ਖਾਲੀ ਥਾਵਾਂ ਭਰੋ। 2 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਤੋਂ ਬਿਲਕੁਲ ਪਹਿਲਾਂ ਡੈਸ਼ ਸੰਖਿਆ ਹੈ। 2 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ 10 ਹੈ ਅਤੇ ਉਸ ਤੋਂ ਪਹਿਲਾਂ ਸੰਖਿਆ 9 ਹੈ।
ਇਸ ਲਈ ਇਸ ਖਾਲੀ ਸਥਾਨ ਵਿੱਚ ਨੌ ਭਰਦੇ ਹਨ। ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਤੋਂ ਬਿਲਕੁਲ ਪਹਿਲਾਂ ਡੈਸ਼ ਸੰਖਿਆ ਹੈ। ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ 99 ਹੈ ਅਤੇ ਉਸ ਤੋਂ ਪਹਿਲਾਂ ਦੀ ਸੰਖਿਆ 98 ਹੈ। ਇਸ ਲਈ ਇਸ ਖਾਲੀ ਸਥਾਨ ਵਿੱਚ 98 ਭਰਦੇ ਹਨ। ਤਿੰਨ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਤੋਂ ਬਿਲਕੁਲ ਬਾਅਦ ਡੈਸ਼ ਸੰਖਿਆ ਹੈ। ਤਿੰਨ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ 100 ਹੈ ਅਤੇ ਉਸ ਤੋਂ ਬਿਲਕੁਲ ਬਾਅਦ ਸੰਖਿਆ 101 ਹੈ। ਇਸ ਲਈ ਇਸ ਖਾਲੀ ਸਥਾਨ ਦਾ ਸਹੀ ਜਵਾਬ 101 ਹੈ। ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਤੋਂ ਬਿਲਕੁਲ ਬਾਅਦ ਡੈਸ਼ ਸੰਖਿਆ ਹੈ। ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ 999 ਹੈ ਅਤੇ ਉਸ ਤੋਂ ਬਿਲਕੁਲ ਬਾਅਦ ਸੰਖਿਆ 1000 ਆਉਂਦੀ ਹੈ। ਇਸ ਲਈ ਇਸ ਖਾਲੀ ਸਥਾਨ ਦਾ ਸਹੀ ਉੱਤਰ 1000 ਹੈ। ਤਿੰਨ ਅੰਕੀ ਸੰਖਿਆ ਬਣਾਓ ਜਿਸ ਦਾ ਦਹਾਈ ਦਾ ਅੰਕ 6 ਹੋਵੇ, ਇਕਾਈ ਦਾ ਅੰਕ 7 ਤੋਂ 2 ਵੱਧ ਹੋਵੇ ਅਤੇ 100 ਦੇ ਸਥਾਨ ਦਾ ਅੰਕ 4 ਅਤੇ 6 ਦੇ ਵਿਚਕਾਰ ਹੋਵੇ। ਉਪਰੋਕਤ ਸਵਾਲ ਅਨੁਸਾਰ ਇਕਾਈ ਦਾ ਅੰਕ 7 ਤੋਂ 2 ਵੱਧ ਹੈ, ਭਾਵ ਇਕਾਈ ਦਾ ਅੰਕ 9 ਹੈ। ਦਹਾਈ ਦਾ ਅੰਕ 6 ਹੈ ਅਤੇ 100 ਦੇ ਸਥਾਨ ਦਾ ਅੰਕ 4 ਅਤੇ 6 ਦੇ ਵਿਚਕਾਰ ਹੈ, ਭਾਵ 5 ਹੈ। ਇਸ ਲਈ ਸਵਾਲ ਵਿੱਚ ਦੱਸੇ ਅਨੁਸਾਰ ਤਿੰਨ ਅੰਕਾਂ ਦੀ ਸੰਖਿਆ ਬਣਦੀ ਹੈ 569।